ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸੰਦੀਪ ਜਨੇਜਾ। ਅੱਜ ਮੇਰੇ ਨਾਲ ਕੋਈ ਵੀ ਇੰਟਰੋਡਕਸ਼ਨ ਨਹੀਂ ਚਾਹੀਦੀ ਇਹਨਾਂ ਨੂੰ। ਸਟੈਰੀਓਨੇਸ਼ਨ ਸਟੈਰੀਓਨੇਸ਼ਨ। ਹਾਈ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਤੁਹਾਡਾ? ਬਹੁਤ ਵਧੀਆ ਸਰ, ਤੁਹਾਨੂੰ ਦੇਖ ਕੇ ਤਾਂ ਹੋਰ ਅੱਛਾ ਹੋ ਗਿਆ, ਕਿਉਂਕਿ ਮੇਰੇ ਚਾਈਲਡਹੁੱਡ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ। ਐਕਚੁਅਲੀ ਬਹੁਤ ਸਾਰੀ ਕੈਸੇਟਸ ਇਹਨਾਂ ਦੀਆਂ ਮੇਰੇ ਕੋਲ ਹਾਲੇ ਵੀ ਵਾਰਡਰੋਬ 'ਚ ਪਈਆਂ ਨੇ, ਅਤੇ ਅੱਜ ਇੱਕ ਗਾਣਾ ਰਿਲੀਜ਼ ਕਰਨ ਲਈ ਚੰਡੀਗੜ੍ਹ ਆਏ ਨੇ, ਅਤੇ ਸਟੀਰੀਓਨੇਸ਼ਨ ਤੁਹਾਡਾ ਨਾਮ ਹੈ ਟੈਜ਼? ਮੇਰਾ ਜਿਹੜਾ ਅਸਲੀ ਨਾਮ ਹੈਗਾ ਤਰਸੇਮ ਸਿੰਘ ਹੈਗਾ। ਤਰਸੇਮ ਸਿੰਘ, ਹਾਂਜੀ। ਸੋ ਸਾਡੇ ਵਿਊਅਰਸ ਲਈ ਇੱਕ ਸਰਪ੍ਰਾਈਜ਼ ਹੈ ਕਿ ਇਹਨਾਂ ਦਾ ਨਾਮ ਹੈ ਤਰਸੇਮ ਸਿੰਘ ਜਰਨੈਲ। ਐਮ ਰਾਈਟ ਇਨ ਮਾਈ ਸੇਇੰਗ? ਤਰਸੇਮ ਕਿੱਥੇ ਰਹਿੰਦੇ ਹੋ? ਮੈਂ ਖਾਸ ਕਰਕੇ ਬੋਰਨ ਹੈਗਾ ਯੂਕੇ ਦਾ। ਹਾਂਜੀ, ਬੋਰਨ ਯੂਕੇ। ਮੇਰਾ ਪੈਦਾਇਸ਼ ਉੱਥੇ ਹੈਗੀ। ਸਾਡੇ ਮਤਲਬ ਸਾਡਾ ਜਿਹੜਾ ਪਿੱਛਾ ਹੈਗਾ, ਸਾਡਾ ਪਿੰਡ ਜਿਹੜਾ ਪਿੱਛਾ ਹੈਗਾ ਅਸੀਂ ਪੰਜਾਬ ਤੋਂ, ਮਤਲਬ ਪਿੰਡ ਹੈਗਾ ਪਠਲਾਵਾ। ਕੋਈ ਵੀ ਐਲਬਮ ਅੱਜ ਤੱਕ ਇਹਨਾਂ ਦੀ ਨੀਚੇ ਨਹੀਂ ਗਈ? ਮੈਂ ਫਲੋਪ ਨਹੀਂ ਕਹਾਂਗਾ, ਕਿਉਂਕਿ ਸਾਰੀ ਅਪਰ ਕਲਾਸ ਐਲਬਮਸ ਰਹੀਆਂ ਨੇ। ਔਰ ਰਾਈਟ ਫਰੋਮ ਦ ਫਸਟ ਐਲਬਮ, ਫਸਟ ਐਲਬਮ ਕਿਹੜੀ ਸੀ ਤੁਹਾਡੀ? ਮੇਰੀ ਨਹੀਂ, ਐਕਚੁਅਲੀ ਪਤਾ ਕਿ ਤੁਹਾਨੂੰ ਇਹ ਪਤਾ ਨਹੀਂ ਹੈਗਾ, ਮੈਂ ਮੇਰੀ ਪਹਿਲੀ ਜਿਹੜੀ ਐਲਬਮ ਮੇਰਾ ਡੇਬਿਊ ਇੰਡਸਟਰੀ ਦੇ ਵਿੱਚ ਸੀਗਾ 1989 ਦੇ ਵਿੱਚ। ਅਤੇ ਉਸ ਵਕਤ ਸਭ ਮੇਰਾ ਜਿਹੜਾ ਆਰਟਿਸਟਿਕ ਨਾਂ ਸੀਗਾ, ਇਟ ਵਾਸ ਜੌਨੀ ਜ਼ੀ। ਹਾਂਜੀ, ਅਤੇ ਮੇਰਾ ਪਹਿਲੀ ਜਿਹੜੀ ਸੁਪਰ ਹਿੱਟ ਸੌਂਗ ਹੁਣ ਤਾਂ ਮੈਂ ਨੱਚਣਾ, ਇਹ ਨੰਬਰ 1 ਸੀਗਾ 36 ਵੀਕਸ, ਅਤੇ ਉੱਥੋਂ ਮੇਰੀ ਸਟਾਰਟਿੰਗ ਹੋਈ ਸੀ। ਇੱਕ ਸੌਂਗ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ, ਬੁੱਗਚੂ। ਹਾਂਜੀ, ਰਾਈਟ, ਇਟਸ ਵਨ ਆਫ ਮਾਈ ਫੇਵਰੇਟ ਸੌਂਗਸ ਐਕਚੁਅਲੀ। ਤਾਂ ਅੱਜ ਤੁਹਾਨੂੰ ਲਾਈਵ ਸੁਣਾਵਾਂਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਯਾਰ ਵਰਡਿੰਗ ਤਾਂ ਮੈਨੂੰ ਆਪ ਨੂੰ ਯਾਦ ਆ ਗਿਆ, ਕਾਫੀ ਚਿਰ ਹੋ ਗਿਆ। ਉਹ ਮੇਰਾ ਬੁੱਗਚੂ ਬੁੱਗਚੂ ਅੱਜ ਵੱਜਦਾ ਨਹੀਂ ਭੰਗੜੇ 'ਚ, ਬੁੱਗਚੂ ਸੁਣੋ ਮਿੱਤਰ। ਉਹ ਕੀ ਬਾਤ ਹੈ ਯਾਰ, ਇਹਨਾਂ ਨੇ ਆਪ ਗਾਤਾ ਤੇ ਹੱਥ ਲਾਉਣੇ ਨੇ ਅੰਬਰਾਂ ਨੂੰ, ਅਤੇ ਅੱਜ ਪੈਰ ਪੁੰਜੇ ਨਹੀਂ ਲਾਉਣਾ। ਇਹ ਹੈ ਜੀ ਵਰਡਿੰਗਸ ਉਹਦੀ, ਅਤੇ ਵਨ ਆਫ ਮਾਈ ਫੇਵਰੇਟ ਸੌਂਗਸ। ਅਸੀਂ ਹੋਰ ਕੋਈ ਸੁਣ ਲੈਂਦੇ ਇਹਨਾਂ ਤੋਂ, ਨੱਚਾਂਗੇ ਸਾਰੀ ਰਾਤ। ਨੱਚਾਂਗੇ ਸਾਰੀ ਰਾਤ ਸੋਹਣਿਓ ਵਈ, ਨੱਚਾਂਗੇ ਸਾਰੀ ਰਾਤ ਸੋਹਣਿਓ ਵਈ, ਕਰ ਲਓ ਥੋੜਾ ਸਾ ਪਿਆਰ ਸੋਹਣਿਓ ਵਈ, ਕਰ ਲਓ ਥੋੜਾ ਸਾ ਪਿਆਰ। ਆਵਾਜ਼ ਦਾ ਜਾਦੂ ਅੱਜ ਵੀ ਬਰਕਰਾਰ ਹੈ, 30 ਸਾਲ ਹੋ ਗਏ ਨੇ, ਲੇਕਿਨ ਸਟੇਰੀਓਨੇਸ਼ਨ ਇਜ਼ ਸੇਮ ਐਂਡ ਹੀ ਵਿਲ ਬੀ ਕਮਿੰਗ ਅਪ ਵਿਦ ਹਿਸ ਸੈਕਿੰਡ ਐਲਬਮ ਵਿਚ ਵਿਲ ਬੀ ਕਾਲਡ। ਐਕਚੁਅਲੀ ਸਭ ਤੋਂ ਵੱਡੀਆਂ ਵੱਡੀ ਐਲਬਮ ਮਤਲਬ ਇੰਡੀਆ ਦੇ ਵਿੱਚ ਖਾਸ ਕਰਕੇ ਵਾਜ ਓ ਲੈਲਾ, ਉਹ ਤਾਂ ਸਾਨੂੰ ਪਤਾ ਹੀ ਹੈ ਨਾ। ਅਤੇ ਅਸੀਂ ਓ ਲੈਲਾ ਪਾਰਟ 2 ਕਰ ਰਹੇ ਹਾਂ, ਮਤਲਬ ਇਸ ਇਨ ਪ੍ਰੋਡਕਸ਼ਨ ਰਾਈਟ ਨਾਓ। ਉਹ ਮਤਲਬ ਅਸੀਂ ਅਨਾਊਂਸਮੈਂਟ ਕਰਾਂਗੇ ਤੁਹਾਡੇ ਪਿਆਰ ਨਾਲ। ਬਿਲਕੁਲ ਸਰ, ਅਤੇ ਉਹ ਕੁਝ ਦੇਰ ਮੈਂ ਮਤਲਬ ਅਨਾਊਂਸਮੈਂਟ ਕਰਾਂਗੇ, ਪਰ ਅਸੀਂ ਖਾਸ ਕਰਕੇ ਇੱਥੇ ਮੈਂ ਇੰਡੀਆ ਆਇਆ। ਰਾਣਾ ਸ਼ਾਹ ਮੇਰਾ ਛੋਟਾ ਉਸਤਾਦ ਹੈਗਾ, ਆਰਟਿਸਟ, ਇਹ ਵੀ ਆਰਟਿਸਟ ਹੈ, ਜਿਹਨਾਂ ਨੂੰ ਮੈਂ ਟੈਲੈਂਟ ਸਰਚ ਕੀਤਾ ਅਤੇ ਇਹਨਾਂ ਨੂੰ ਮੈਂ ਚਾਂਸ ਦਿੱਤਾ। ਅਸੀਂ ਖਾਸ ਕਰਕੇ ਇੱਥੇ ਆਏ ਹਾਂ, ਵੀ ਆਰ ਰਿਲੀਜ਼ਿੰਗ ਅ ਸਿੰਗਲ, ਤੁਹਾਨੂੰ ਪਤਾ ਹੀ ਹੈ, ਲੈਗ ਬਿਨਾ ਪੈਗ। ਰਾਈਟ, ਮਿਲਣ ਦਾ ਬਹੁਤ ਵੱਡਾ ਸੁਭਾਗਿਆ ਸਾਨੂੰ ਮਿਲਿਆ ਇਹਨਾਂ ਦੇ ਨਾਲ, ਅਤੇ ਪੰਜਾਬੀ ਗਾਣਿਆਂ ਦੇ ਫੈਨ ਰਹੇ ਨੇ ਜਿਹੜੇ ਬੰਦੇ, ਉਹ ਜ਼ਰੂਰ ਜਾਣਦੇ ਹੋ ਸਟੈਰੀਓਨੇਸ਼ਨ ਨੂੰ। ਸਟੈਰੀਓਨੇਸ਼ਨ ਦੀ ਨੈਕਸਟ ਐਲਬਮ ਉਹ ਲੈਲਾ ਪਾਰਟ 2 ਵਿਲ ਬੀ ਕਮਿੰਗ ਸ਼ਾਰਟਲੀ ਵਿਦਆਊਟ ਦੈਟ ਰੈਪਰ ਐਕਚੁਅਲੀ ਕੈਂਡਲ, ਹੀ ਇਜ਼ ਆਲਰੇਡੀ ਟੋਲਡ ਅਸ ਲਾਈਕ ਤੁਹਾਨੂੰ ਮਿਸ ਹੋਏਗਾ ਉਹ ਪਾਰਟ ਐਕਚੁਅਲੀ। ਇਫ ਹੀ ਵਿਲ ਬੀ ਇੰਟਰੋਡਿਊਸਿੰਗ ਹਿਮ ਦੈਨ ਇਟ ਵਿਲ ਬੀ ਅ ਲੈਗਸੀ ਐਕਚੁਅਲੀ ਕਮਿੰਗ ਬੈਕ। ਸੋ ਥੈਂਕ ਯੂ ਸੋ ਮਚ ਸੰਦੀਪ ਜਨੇਜਾ ਨੂੰ ਇਜਾਜ਼ਤ ਦਿਓ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਰਾਣੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਵੈਰੀ ਮਚ। ਥੈਂਕ ਯੂ, ਤੂੰ ਤਾਂ ਚੱਕ ਦਿੱਤੇ।